ਆਪਰੇਟਰ ਵੱਲੋਂ ਉਡਾਇਆ ਜਾ ਰਿਹਾ ਇਹ ਡਰੋਨ ਅਤੇ ਉੱਡਦੇ ਇਸ ਡਰੋਨ ਤੇ ਮੋਬਾਈਲ ਸਕਰੀਨ ਦੇ ਜ਼ਰੀਏ ਨਿਗਾਹ ਰੱਖ ਰਹੇ ਪੁਲਿਸ ਟੀਮ ਸਣੇ ਇਲਾਕੇ ਦੇ ਡੀਐਸਪੀ ਸਾਹਿਬ ਹੁਣ ਕਾਨੂੰਨ ਦੀਆਂ ਧੱਜੀਆਂ ਉਡਾ ਪਤੰਗਾਂ ਚੜਾਉਣ ਵਾਲਿਆਂ ਦੀ ਸਮਝੋ ਖੈਰ ਨਹੀਂ ਸਾਵਧਾਨ ਅਜਿਹੇ ਲੋਕਾਂ ਤੇ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮਾ ਵੀ ਦਰਜ ਕੀਤਾ ਜਾਵੇਗਾ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਕਿਉਂਕਿ ਘਾਤਕ ਚਾਈਨਾ ਡੋਰ ਨਾਲ ਪਤੰਗਾਂ ਉਡਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਹੁਣ ਪੰਜਾਬ ਪੁਲਿਸ ਡਰੋਨ ਦਾ ਸਹਾਰਾ ਲੈ ਰਹੀ ਹੈ ਕੀ ਨਾ ਜੀ ਨਾ ਵਿਕਰਮਜੀਤ ਸਿੰਘ ਹੈ ਵਿਕਰਮਜੀਤ ਸਿੰਘ ਜੀ ਜਿਹੜਾ ਚਾਈਨਾ ਡੋਰ ਨੂੰ ਲੈ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਤੇ ਦੇਖਿਆ ਜਾਵੇ ਤਾਂ 26 ਜਨਵਰੀ ਪਤੰਗ ਬਹੁਤ ਜ਼ਿਆਦਾ ਉੱਡਦੇ ਨੇ ਬਸੰਤ ਪੰਚਮੀ ਤੁਸੀਂ ਕੀ ਕਹਿੰਦੇ ਹੋ ਸਮਾਜ ਅਸੀਂ ਇਹੀ ਕਹਿੰਦੇ ਹਾਂ ਜੀ ਵੀ ਇਹ ਚਾਈਨਾ ਡੋਰ ਆ ਜਿਹੜੀ ਬਹੁਤ ਘਾਤਕ ਆ ਇਹ ਬੰਦ ਹੋਣੀ ਚਾਹੀਦੀ ਹੈ ਅਤੇ ਪਰ ਇੰਨਾ ਕੁਛ ਸਰਕਾਰ ਦੀ ਸਖ਼ਤੀ ਹੋਣ ਦੇ ਬਾਵਜੂਦ ਵੀ ਆਪਾਂ ਦੇਖਦੇ ਹਾਂ ਵੀ ਹੁਣ ਜੇ ਤੁਸੀਂ ਇੱਕ ਵਾਰ ਨਿਗਾਹ ਮਾਰ ਕੇ ਦੇਖੋਗੇ ਤਾਂ ਤੁਹਾਨੂੰ ਇਹ ਕਿਤੇ ਨਾ ਕਿਤੇ ਦਾ ਕੀ ਮਤਲਬ ਜਾਣੀ ਹਰ ਜਗ੍ਹਾ ਇਹ ਮਿਲੂਗੀ ਬਹੁਤ ਜਗ੍ਹਾ ਪਤਾ ਨਹੀਂ ਇਹ ਡੋਰ ਕੌਣ ਵੇਚ ਰਿਹਾ ਕਿਹਦੀ ਪਰਮਿਸ਼ਨ ਦੇ ਨਾਲ ਆ ਰਹੀ ਹੈ ਕਿੱਥੋਂ ਆ ਰਹੀ ਹੈ ਇਹਦੇ ਉੱਪਰ ਬਹੁਤ ਸਖਤੀ ਕਰਨ ਦੀ ਲੋੜ ਹੈ ਬਾਕੀ ਜਿਹੜਾ ਸਮਰਾਲਾ ਪੁਲਿਸ ਨੇ ਜੀ ਇਹ ਉਪਰਾਲਾ ਕੀਤਾ ਕਿ ਡਰੋਨ ਦੇ ਰਾਹੀਂ ਚੈਕਿੰਗ ਹੋਊਗੀ ਕੋਠਿਆਂ ਦੇ ਉੱਪਰ ਮਤਲਬ ਚੈੱਕ ਕਰਨਗੇ ਵੀ ਜਿੱਥੇ ਚਾਈਨਾ ਡੋਰ ਦੇ ਨਾਲ ਪਤੰਗ ਚੜਾਏ ਜਾ ਰਹੇ ਨੇ ਉਹ ਬਹੁਤ ਵਧੀਆ ਉਪਰਾਲਾ ਹੈ ਜੀ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਆ ਕੇ ਵੀ ਚੈਕਿੰਗ ਕਰਨੀ ਚਾਹੀਦੀ ਆ ਸਾਰੀ ਜਗ੍ਹਾ ਵੀ ਜਿਹੜੀ ਚਾਈਨਾ ਡੋਰ ਹੈ ਜਿਹੜੀ ਇੰਨੀ ਘਾਤਕ ਡੋਰ ਹੈ ਜਦੋਂ ਆਪਾਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਜਿਹੜਾ ਉਹ ਬਚਾ ਸਕੀਏ ਇਹਦੇ ਨਤੀਜੇ ਨੇ ਜਿਹੜੇ ਉਹ ਬਹੁਤ ਗੰਭੀਰ ਨਿਕਲ ਰਹੇ ਨੇ ਦੇਖਿਆ ਜਾਵੇ ਤਾਂ ਪੁਲਿਸ ਵੱਲੋਂ ਇੱਕ ਧਾਰਾ ਵੀ ਜੋੜੀ ਗਈ ਆ ਜਿਹਨੂੰ ਲੈ ਕੇ ਉਹਨਾਂ 307 ਦਾ ਪਰਚਾ ਦਰਜ ਕਰਨ ਦੀ ਅੱਜ ਦਿੱਤੀ ਹੈ ਉੱਥੇ ਹੀ ਵਕੀਲਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਕੇਸ ਵੀ ਨਹੀਂ ਲੜਾਂਗੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਸ ਚੀਜ਼ ਨੂੰ ਲੈ ਕੇ ਜੀ ਮੈਂ ਇਹ ਕਹੂੰਗਾ ਵੀ ਸਖਤੀ ਜ਼ਰੂਰੀ ਹੈ ਜਿਹੜੀ ਆਪਾਂ ਧਾਰਾ ਦੀ ਗੱਲ ਕਰ ਰਹੇ ਹਾਂ ਜੀ ਇਹ ਤਾਂ ਕਾਨੂੰਨ ਦੇ ਮੁਤਾਬਕ ਪੁਲਿਸ ਨੂੰ ਪਤਾ ਹੈਗਾ ਕਿੱਥੇ ਕਿਹੜੀ ਧਾਰਾ ਲਗਾਉਣੀ ਹੈ ਅਤੇ ਬਾਕੀ ਸਖਤੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਆਪਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਵੀ ਮਿਲ ਕੇ ਨਾਲ ਇਹ ਲੱਗਾਂਗੇ ਆਪਾਂ ਤਾਂ ਇਹ ਬੰਦ ਹੋ ਸਕਦਾ ਸਰ ਚਾਈਨਾ ਡੋਰ ਨੂੰ ਲੈ ਕੇ ਤੁਹਾਡੇ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਚਾਈਨਾ ਡੋਰ ਨੂੰ ਲੈ ਕੇ ਇਹ ਅਸੀਂ ਅੱਜ ਇੱਕ ਡਰੋਨ ਮੰਗਵਾਇਆ ਜਿਹੜਾ ਸਮਰਾਲਾ ਅਤੇ ਆਸ ਪਾਸ ਦੇ ਪਿੰਡ ਨੇ ਜਿਹੜੇ ਇਹਨਾਂ 'ਤੇ ਅਸੀਂ ਨਿਗਾਹ ਰੱਖ ਰਹੇ ਹਾਂ ਡਰੋਨ ਦੇ ਵਿੱਚ ਜਿਹੜੇ ਜਿਹੜੇ ਘਰਾਂ ਦੇ ਉੱਤੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਉਂਦੇ ਸਾਨੂੰ ਨਜ਼ਰ ਆ ਰਹੇ ਆ ਉਹਨਾਂ ਦੇ ਅਸੀਂ ਘਰ ਜਿਹੜੇ ਨੋਮੀਨੇਟ ਕਰ ਰਹੇ ਹਾਂ ਨਾਲ ਨਾਲ ਆਪਣੀ ਫੋਰਸ ਭੇਜ ਕੇ ਉਹ ਕਹਿੰਦਾ ਘਰ ਹੈ ਇਹਨਾਂ ਸਾਰਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਕਿ ਡਰੋਨ ਜਦੋਂ ਜਾਂਦਾ ਤਾਂ ਪਤੰਗ ਛੱਡ ਕੇ ਬੱਚੇ ਫਟਾਫਟ ਘਰਾਂ ਦੇ ਵਿੱਚ ਨੀਚੇ ਉਤਰ ਰਹੇ ਨੇ ਉਹ ਇਹ ਨਾ ਸਮਝਣ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਅਸੀਂ ਪਤੰਗ ਛੱਡ ਕੇ ਆਪਣੇ ਘਰ ਆ ਗਏ ਸੀ ਅਤੇ ਸਾਡੇ ਖਿਲਾਫ ਕਾਰਵਾਈ ਨਹੀਂ ਹੋਏਗੀ ਇਹ ਪਤੰਗ ਜਿਹੜਾ ਅਸੀਂ ਡਰੋਨ ਚਲਾ ਰਹੇ ਹਾਂ ਡਰੋਨ ਦੇ ਨਿਗਾਹ ਦੇ ਵਿੱਚ ਕਿਉਂਕਿ ਬੇਸਿਕਲੀ ਇਹ ਇੱਕ ਕੈਮਰਾ ਕੈਮਰੇ ਦੀ ਨਿਗਾਹ ਦੇ ਵਿੱਚ ਜਿਹੜਾ ਜਿਹੜਾ ਵੀ ਆ ਗਿਆ ਅਤੇ ਉਹ ਚਾਈਨਾ ਡੋਰ ਨਾਲ ਪਤੰਗ ਚੜਾਉਂਦਾ ਉਹਦੇ ਖਿਲਾਫ ਅਸੀਂ FIR ਰਜਿਸਟਰਡ ਕਰ ਰਹੇ ਹਾਂ ਔਰ ਇਹ ਅਸੀਂ ਮੈਂ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਦੱਸ ਦਿੰਦਾ ਇਹ ਅਟੈਂਪਟ ਟੂ ਮਰਡਰ ਦਾ ਕੇਸ ਦਰਜ ਹੋਣਾ ਇਹਨਾਂ ਲੋਕਾਂ 'ਤੇ ਔਰ ਜਿਹੜੇ ਇਹਦੇ ਵਿੱਚ ਕੁਛ ਬੱਚੇ ਨੇ ਜਿਵੇਂ ਅਸੀਂ ਪਿੱਛੇ ਬਾਜ਼ਾਰ 'ਚੋਂ ਡਰੋਨ ਚੜਾਇਆ ਸੀ ਅਤੇ ਦੋ ਬੱਚੇ ਪਤੰਗ ਛੱਡ ਕੇ ਫਟਾਫਟ ਚਿੱਟੇ ਟੈਂਕੀ ਵਾਲੇ ਜਿਹੜੇ ਥੱਲੇ ਉਤਰ ਗਏ ਉਹ ਬੱਚੇ ਬੇਸ਼ੱਕ ਉਤਰ ਗਏ ਲੇਕਿਨ ਉਹਨਾਂ ਦੇ ਘਰਦਿਆਂ ਦੇ ਖਿਲਾਫ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਡੋਰ ਖਰੀਦ ਕੇ ਦਿੱਤੀ ਆ ਪੈਸੇ ਦਿੱਤੇ ਆ ਉਹਨਾਂ ਦੇ ਖਿਲਾਫ ਵੀ ਅਸੀਂ FIR ਦਰਜ ਕਰ ਰਹੇ ਹਾਂ ਇਹਦਾ ਸਾਡਾ ਮਕਸਦ ਇੱਕੋ ਹੀ ਹੈ ਕਿ ਜਿਵੇਂ ਤੁਸੀਂ ਸਾਰਿਆਂ ਪਹਿਲਾਂ ਦੇਖਿਆ ਆਪਣੇ ਸਮਰਾਲਾ ਦੇ ਵਿੱਚ ਇੱਕ ਬੱਚੀ ਦੀ ਜਿਹੜਾ ਫੇਸ ਕਾਫੀ ਕੱਟਿਆ ਗਿਆ ਸੀ ਪੱਤਰ ਟਾਂਕੇ ਲੱਗੇ ਆ ਉਹ ਚੀਜ਼ ਦੁਬਾਰਾ ਨਾ ਵਾਪਰੇ ਉਸ ਚੀਜ਼ ਨੂੰ ਲੈ ਕੇ ਅਸੀਂ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾ ਕੀ ਇਹ ਰੋਜ਼ ਕੀਤਾ ਜਾਊਗਾ ਬਸੰਤ ਪੰਚਮੀ ਬਿਲਕੁਲ ਇਹ ਬਸੰਤ ਪੰਚਮੀ ਤੱਕ ਰੋਜ਼ ਸਬ ਡਿਵੀਜ਼ਨ ਸਮਰਾਲਾ ਕਦੀ ਕਿਤੇ ਜਿੱਥੇ ਵੀ ਸਾਨੂੰ ਕੋਈ ਡਾਊਟ ਹੋਏਗਾ ਉੱਥੇ ਕੀਤਾ ਜਾਊਗਾ ਖਾਸ ਕਰਕੇ ਮਾਛੀਵਾੜਾ ਸਮਰਾਲਾ ਜਿਹੜੇ ਦੋ ਸ਼ਹਿਰ ਨੇ ਇਹਨਾਂ 'ਤੇ ਪ੍ਰੋਪਰ ਜਿਹੜੀ ਅਸੀਂ ਨਿਗਾਹ ਰੱਖਾਂ ਪਿੰਡਾਂ ਨੂੰ ਲੈ ਕੇ ਕੀਤਾ ਜਾਊਗਾ ਪਿੰਡਾਂ ਦੇ ਵਿੱਚ ਵੀ ਕੀਤਾ ਜਾਊਗਾ ਤਾਂ ਕਿ ਅੱਗੇ ਜਿਹੜਾ ਉਹ ਕਲਾਲ ਦੇ ਕੋਲ ਹੋਇਆ ਸੀ ਇਸ ਕਰਕੇ ਪਿੰਡ ਵੀ ਅਸੀਂ ਸਾਰੇ ਕਵਰ ਕਰਾਂਗੇ ਔਰ ਮੈਂ ਤੁਹਾਡੇ ਜ਼ਰੀਏ ਇਹ ਵੀ ਕਹੂੰਗਾ ਕਿ ਇਸ ਵਾਰੀ ਜਿਨ੍ਹਾਂ ਨੇ ਬਸੰਤ 'ਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਤੇ ਚਾਈਨਾ ਡੋਰ ਨਾਲ ਪਤੰਗ ਚੜਾਉਂਦੇ ਆ ਉਹ ਐਤਕੀ ਆਪਣਾ ਪਹਿਲਾਂ ਹੀ ਧਿਆਨ ਰੱਖ ਲੈਣ ਠੀਕ ਸਰ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਬਿਲਕੁਲ ਅਸੀਂ ਹੁਣ ਡਰੋਨ ਦੇ ਨਾਲ ਸਰਵੇ ਕਰ ਰਹੇ ਸੀ ਕਿ ਕਿੱਥੇ ਕਿੱਥੇ ਪਤੰਗ ਚੜਾ ਰਹੇ ਨੇ ਤਾਂ ਨੇੜੇ ਇੱਕ ਦੁਕਾਨ ਹੈ ਸ਼ਾਇਦ ਰਾਜੀਵ ਨਾਂ 'ਤੇ ਲਿਖਿਆ ਹੋਇਆ ਉਹਦੀ ਵੀ ਅਸੀਂ ਸਰਚ ਕੀਤੀ ਹੈ ਜੇ ਕਿਸੇ ਦੁਕਾਨਦਾਰ ਕੋਲੋਂ ਚਾਹੇ ਇੱਕ ਗੱਟੂ ਵੀ ਮਿਲ ਗਿਆ ਉਹ ਤਾਂ ਇਹ ਸਮਝੇ ਕਿ ਬਸੰਤ ਪੰਚਮੀ ਸੈਂਟਰਲ ਜੇਲ੍ਹ ਲੁਧਿਆਣਾ ਹੀ ਦੇਖਣੀ ਪਈ ਠੀਕ ਹੈ ਥੈਂਕ ਯੂ
जानकारी मुताबिक ड्रोन के जरिए इस इलाके चो चाइना डोर नाल पतंग उड़ान वालिया नू भाल तीन जने खिलाफ चेतावनी देने दे मकसद नाल फिलहाल नरम धारावां दे नाल परचा दर्ज कर लिया गया। पर पुलिस का कहना है कि चेतावनी देने तो बाद हुण जिहड़ा भी कोई चाइना डोर नाल पतंग उड़ाउंदा फड़िया गया तां उस दे खिलाफ धारा 307 दे अधीन मामला दर्ज किया जाएगा ते नाबालिग होने की सूरत च उसके मापिया खिलाफ कार्रवाई की जाएगी। हकीकत टीवी पंजाबी ले समराला तो रविंदर सिंह ढिल्लों की रिपोर्ट।